ਸਾਥੀਓ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਸਿਹਤ ਭੇਜੀ ਦੀ ਸਲਾਈਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਿਤੀ ਹੈ 10 ਅਗਸਤ 2020 ਤੇ ਦਿਨ ਹੈ ਸੋਮਵਾਰ ਹਫਤੇ ਦਾ ਪਹਿਲਾ ਦਿਨ ਮੰਡੇ ਤਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਅੱਜ ਦਾ ਵਿਚਾਰ ਹੈ ਦੂਸਰਿਆਂ ਦੀ ਮਦਦ ਕਰੋ ਸੋ ਪਿਆਰੇ ਬੱਚਿਓ ਸਾਨੂੰ ਹਮੇਸ਼ਾ ਹੀ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਤੁਸੀਂ ਆਪਣੀ ਕਲਾਸ ਦੇ ਵਿੱਚ ਦੇਖਦੇ ਹੋ ਕਈ ਵਾਰ ਕਿਸੇ ਕੋਲ ਪੈਨਸਿਲ ਨਹੀਂ ਹੈ ਸ਼ਾਰਪਨਰ ਨਹੀਂ ਹੈ ਇਰੇਜ਼ਰ ਨਹੀਂ ਹੈ ਤਾਂ ਤੁਸੀਂ ਉਸ ਨੂੰ ਅਗਰ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਦੇ ਕੇ ਉਸ ਦੀ ਮਦਦ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਵਿੱਚ ਗਲੀ ਵਿੱਚ ਮੋਹੱਲੇ ਵਿੱਚ ਰਸਤੇ ਵਿੱਚ ਆਉਂਦੇ ਜਾਂਦੇ ਕਿਸੇ ਵੀ ਲੋੜਵੰਦ ਦੀ ਮਦਦ ਜ਼ਰੂਰ ਕਰੋ ਅੱਜ ਦੇ ਗਿਆਨ ਵਿਗਿਆਨ ਦੀ ਗੱਲ ਕਰਦੇ ਹਾਂ ਭਾਰਤ ਛੱਡੋ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ ਤਾਂ ਇਸ ਦਾ ਉੱਤਰ ਹੈ ਮਹਾਤਮਾ ਗਾਂਧੀ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੀ ਅਗਵਾਈ ਕੀਤੀ ਅਤੇ ਭਾਰਤ ਨੂੰ ਆਜ਼ਾਦ ਕਰਵਾਇਆ। ਅਗਲਾ ਪ੍ਰਸ਼ਨ অশੋਕ ਚੱਕਰ ਵਿੱਚ ਕਿੰਨੀਆਂ ਤੀਲੀਆਂ ਹੁੰਦੀਆਂ ਹਨ? ਤਾਂ ਇਸ ਦਾ ਉੱਤਰ ਹੈ 24। ਤਾਂ ਪਿਆਰੇ ਬੱਚਿਓ ਅਸੀਂ ਜਾਣਦੇ ਹਾਂ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ? 24 ਤੇ ਇਹ ਤੀਲੀਆਂ ਦਾ ਵੀ ਮਤਲਬ ਇਹੀ ਹੈ। ਕਿ ਅਸੀਂ 24 ਘੰਟੇ ਨਿਰੰਤਰ ਪਹੀਏਾਂ ਨੂੰ ਚਲਦੇ ਰਹਿਣਾ ਕਿਤੇ ਰੁਕਣਾ ਨਹੀਂ ਅਗਲਾ ਪ੍ਰਸ਼ਨ 7ਵੇਂ ਦੇਸੀ ਮਹੀਨੇ ਦਾ ਨਾਂ ਕੀ ਹੈ ਤਾਂ 7ਵੇਂ ਦੇਸੀ ਮਹੀਨੇ ਦਾ ਨਾਮ ਹੈ ਅਸੂ ਪੰਨਮਾਸੀ ਸੌ 6ਮਾਸੀ ਪਾਦੋਂ ਤੇ 7ਮਾ ਹੈ ਅਸੂ ਅਗਲਾ ਪ੍ਰਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 400 ਕਿਵੇਂ ਲਿਖਿਆ ਜਾਂਦਾ ਹੈ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਰੋਮਨ ਅੰਕ ਪ੍ਰਣਾਲੀ ਵਿੱਚ ਸੱਤ ਚਿੰਨਾ ਦੀ ਮਦਦ ਦੇ ਨਾਲ ਆਪਣੀ ਗਿਣਤੀ ਲਿਖਦੇ ਹਾਂ ਤਾਂ 100 ਸਾਨੂੰ ਪਤਾ ਅਸੀਂ ਸੀ ਨਾਲ ਲਿਖਦੇ ਹਾਂ ਤੇ ਡੀ ਜਿਹੜਾ ਲਿਖਦੇ ਹਾਂ ਅਸੀਂ 500 ਲਈ ਲਿਖਦੇ ਹਾਂ ਤੇ ਇਸ ਕਰਕੇ ਹੁਣ ਅਸੀਂ ਚਾਰ ਵਾਰ ਸੀ ਨਹੀਂ ਲਿਖਾਂਗੇ ਅਸੀਂ ਸੀ d ਲਿਖਾਂਗੇ d ਤੋਂ ਪਹਿਲਾਂ c ਮਤਲਬ ਕਿ 500 ਚੋਂ 100 ਘਟ ਕਰੀਏ ਤਾਂ 400 ਬਣਦਾ ਹੈ ਆਖਰੀ ਪ੍ਰਸ਼ਨ 24 ਇੰਚ ਵਿੱਚ ਕਿੰਨੇ ਫੁੱਟ ਹੁੰਦੇ ਹਨ ਅਸੀਂ ਆਪਣੀ ਲੰਬਾਈ ਫੁੱਟਾਂ 'ਚ ਮਾਪਦੇ ਹਾਂ ਨਾ ਤਾਂ ਪਿਆਰੇ ਬੱਚਿਓ 1 ਫੁੱਟ ਵਿੱਚ ਹੁੰਦੇ ਨੇ 12 ਇੰਚ ਤੁਸੀਂ ਆਪਣੇ ਸਕੇਲ ਤੇ ਦੇਖਿਆ ਹੋਵੇਗਾ ਘਰ ਵਿੱਚ ਇੰਚੀ ਟੇਪ ਤੇ ਵੀ ਦੇਖਿਆ ਹੋਏਗਾ ਤੇ ਫਿਰ 2 ਫੁੱਟ ਵਿੱਚ ਬਣ ਗਏ 24 ਇੰਚ ਆਉ ਬੁੱਜੀਏ ਚਿੱਟੀ ਜਹੀ ਹੱਡੀ ਧਰਤੀ ਵਿੱਚ ਗੱਡੀ ਤੇ ਇਹਦਾ ਉੱਤਰ ਹੈ ਮੂਲੀ ਅਸੀਂ ਦੇਖਦੇ ਆ ਨਾ ਮੂਲੀਆਂ ਲਾਈਆਂ ਹੁੰਦੀਆਂ ਨੇ ਕਿ ਮੂਲੀ ਚਿੱਟੇ ਰੰਗ ਦੀ ਹੁੰਦੀ ਹੈ ਧਰਤੀ ਦੇ ਵਿੱਚ ਹੁੰਦੀ ਆ ਤਾਂ ਉਹਦੇ ਪੱਤੇ ਹਰੇ-ਹਰੇ ਉੱਪਰ ਵਾਲਾ वर्ड्स फॉर प्रैक्टिस पहला शब्द है आर ई ए सी एच रीच दूसरा है आर आई डी ई राइड तीसरा है एस एम आई एल ई स्माइल चौथा है सी एल ए पी क्लैप पंजा है R I -E S T rest ਤੁਮੇ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਮਾ reach ride smile clap rest ਤਾਂ ਪਿਆਰੇ ਬੱਚਿਓ ਰੋਜ਼ਾਨਾ ਦੀ ਤਰ੍ਹਾਂ ਤੁਸੀਂ ਆਪਣੇ ਪ੍ਰਸ਼ਨਾਂ ਨੂੰ ਆਪਣੇ ਗਿਆਨ ਵਿਗਿਆਨ ਜਾਂ ਸਧਾਰਨ ਗਿਆਨ ਦੀ ਕਾਪੀ ਤੇ ਨੋਟ ਕਰਨਾ ਤੇ ਯਾਦ ਰੱਖਣਾ ਤੇ ਅੱਜ ਦੇ ਸ਼ਬਦਾਂ ਨੂੰ ਆਪਣੀ ਸ਼ਬਦ ਕੋਸ਼ ਵਾਲੀ ਕਾਪੀ ਵਿੱਚ ਲਿਖਣਾ ਤੇ ਯਾਦ ਕਰਨਾ ਤੁਹਾਡਾ ਸਾਰਿਆਂ ਦਾ ਧੰਨਵਾਦ